ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਜੀ ਇੰਦਰਵੀਰ ਸਿੰਘ। ਜਿਵੇਂ ਆਪਾਂ ਸਾਰੇ ਜਾਣਦੇ ਹੀ ਹਾਂ ਵੀ ਜਿਹੜੀ ਦਸਤਾਰ ਹੈ ਉਹ ਆਪਣੇ ਸਿਰ ਦਾ ਤਾਜ ਹੁੰਦੀ ਹੈ। ਨਵੀਂ ਸੋਚ ਕਲੱਬ ਪਿੰਡ ਬਾਠਾ ਖੁਰਦ, ਜਿਹਦਾ ਮੈਂ ਵੀ ਇੱਕ ਮੈਂਬਰ ਹਾਂ, ਅਸੀਂ ਚਾਹੁੰਦੇ ਸੀ ਵੀ ਸਾਡੇ ਪਿੰਡ ਦੇ ਜਿਹੜੇ ਨੌਜਵਾਨ ਨੇ, ਚਾਹੇ ਉਹ ਛੋਟੇ ਨੇ ਵੱਡੇ ਨੇ, ਉਹ ਸਾਰੇ ਵਧੀਆ ਦਸਤਾਰ ਸਜਾਉਣੀ ਸਿੱਖ ਸਕਣ। ਇਸ ਲਈ ਅਸੀਂ ਇੱਕ ਉਪਰਾਲਾ ਕੀਤਾ ਜਿਸ ਵਿੱਚ ਅਸੀਂ ਫ੍ਰੀ ਦਸਤਾਰ ਸਿਖਲਾਈ ਕੈਂਪ ਲਾਇਆ ਪਿੰਡ ਦੇ ਵਿੱਚ। ਇਹ ਕੈਂਪ 26 ਜੁਲਾਈ ਤੋਂ 31 ਜੁਲਾਈ ਤੱਕ ਸਾਡੇ ਪਿੰਡ ਵਿੱਚ ਲੱਗੇਗਾ ਅਤੇ ਇਹਦੀ ਜਿਹੜੀ ਟਾਈਮਿੰਗ ਹੈ ਉਹ ਰੋਜ਼ ਸ਼ਾਮ ਨੂੰ 4 ਵਜੇ ਤੋਂ 6 ਵਜੇ ਤੱਕ ਹੁੰਦੀ ਹੈ। ਦਸਤਾਰ ਦੀ ਜਿਹੜੀ ਸਿਖਲਾਈ ਆ ਉਹ ਮਨਜੋਤ ਸਿੰਘ ਦੇ ਰਹੇ ਨੇ ਅਤੇ ਅੱਜ ਇਸ ਕੈਂਪ ਦਾ 3ਜਾ ਦਿਨ ਹੈ ਅਤੇ ਅੱਜ ਹੁਣ ਆਪਾਂ ਦੇਖਦੇ ਹਾਂ ਵੀ ਅੰਦਰ ਕਿਵੇਂ ਪ੍ਰੋਗਰਾਮ ਚੱਲ ਰਿਹਾ ਅਤੇ ਅੱਜ ਤੁਹਾਨੂੰ ਮਿਲਾਉਂਦੇ ਹਾਂ ਮਨਜੋਤ ਸਿੰਘ ਜੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਆਪਾਂ ਅੱਜ ਜੋ ਵੱਟਾਂ ਵਾਲੀ ਦਸਤਾਰ ਹੈ ਉਸ ਦੀ ਪੂਣੀ ਅਤੇ ਪੂਰੀ ਡੈਮੋ ਟਟੋਰੀਅਲ ਪੇਸ਼ ਕਰਾਂਗੇ। ਸੋ ਜਿਹੜੇ ਵੀਰ ਦਸਤਾਰ ਨੂੰ ਸਿੱਖਣਾ ਚਾਹੁੰਦੇ ਨੇ ਔਰ ਸਿੱਖਣ ਦੇ ਚਾਹਵਾਨ ਨੇ, ਉਹ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਕਮੈਂਟ ਜ਼ਰੂਰ ਕਰਿਓ ਜੀ। ਇੱਕ ਪੱਲੇ ਨੂੰ ਆਪਾਂ ਨੇ ਸਿਰੇ ਤੋਂ ਫੜ ਕੇ ਅਤੇ ਆਪਣੀ ਜਿਹੜੀ ਸਿਊਣ ਆ, ਇੱਕ ਗੱਲ ਦਾ ਧਿਆਨ ਰੱਖਣਾ ਵੀ ਜਿਹੜੀ ਸਿਊਣ ਆ ਪੂਣੀ ਦੇ ਵਿੱਚ ਉਹ ਆਪਣੇ ਖੱਬੇ ਹੱਥ ਹੋਣੀ ਚਾਹੀਦੀ ਆ। ਕਿਹੜੇ ਹੱਥ ਹੋਣੀ ਚਾਹੀਦੀ ਆ? ਹਾਂ, ਖੱਬੇ ਹੱਥ। ਤੋ ਆਪਾਂ ਨੇ ਖੱਬੇ ਹੱਥ ਤੱਕ ਇਹਨੂੰ ਪੂਣੀ ਤੱਕ ਆਹ ਚੀਜ਼ ਆਪਾਂ ਨੇ ਕਲੀਅਰ ਕਰਤੀ ਅਤੇ ਇਸ ਤੋਂ ਬਾਅਦ ਆਪਾਂ ਨੇ ਇਹਨੂੰ ਖੋਲ੍ਹਣਾ ਹੈ। ਖੋਲ੍ਹਿਆ, ਖੋਲ੍ਹਣ ਤੋਂ ਬਾਅਦ ਫਿਰ ਆਪਾਂ ਨੇ ਜਿਹੜਾ ਸੱਜੇ ਹੱਥ ਵਾਲਾ ਪੱਲਾ ਹੈ ਉਹਨੂੰ ਵਿੱਚ ਕਰਨਾ। ਪਹਿਲਾਂ ਕਰ ਲਿਆ ਜੀ, ਫਿਰ ਆਪਾਂ ਨੇ ਕਰਨਾ ਹੈ ਦੂਜੇ ਹੱਥ ਵਾਲਾ ਪੱਲਾ ਵਿੱਚ। ਕਰ ਲਿਆ, ਫਿਰ ਆਪਾਂ ਨੇ ਦੋਨਾਂ ਨੂੰ ਫੜ ਕੇ ਇਹਨੂੰ ਅੱਧ ਤੋਂ ਫੜ ਕੇ ਵਿੱਚ ਕਰ ਲਿਆ, ਠੀਕ ਹੈ ਜੀ। ਫਿਰ ਆਪਾਂ ਨੇ ਦੂਜੇ ਨੂੰ ਵੀ ਅੱਧ ਤੋਂ ਫੜ ਕੇ ਵਿੱਚ ਕਰ ਲਿਆ। ਇਹਨਾਂ ਨੂੰ ਮਿਲਾ ਦੇਣਾ ਹੈ ਆਪਾਂ ਨੇ ਦੋਹਾਂ ਨੂੰ। ਬੁਲਾਉਣ ਤੋਂ ਬਾਅਦ ਸਿਰੇ ਤੋਂ ਫੜ ਕੇ ਖਿੱਚ ਲੈਣਾ। ਖਿੱਚੋ ਵੀਰੇ, ਖਿੱਚ ਲਿਆ। ਖਿੱਚਣ ਤੋਂ ਬਾਅਦ ਆਹ ਆਪਾਂ ਨੇ ਦੋ ਪੱਲੇ ਫੜਨੇ ਸਟਾਰਟ ਕਰ ਦੇਣੇ ਆ, ਇੱਕ ਅਤੇ ਦੋ। ਦੋ ਪੱਲਿਆਂ ਦੇ ਵਿੱਚ ਇੱਕ ਗੱਲ ਦਾ ਧਿਆਨ ਰੱਖਣਾ, ਜਿਹੜਾ ਪਤਲਾ ਪਾਸਾ ਹੈ ਉਹ ਉੱਪਰ ਹੋਵੇ ਅਤੇ ਮੋਟਾ ਪਾਸਾ ਜਿਹੜਾ ਬਾਕੀ ਕੱਪੜਾ ਹੈ ਉਹ ਥੱਲੇ ਚਲੀ ਜਾਵੇ, ਠੀਕ ਹੈ। ਤਾਂ ਜੋ ਆਪਣੇ ਜਿਹੜੇ ਉੱਪਰਲੇ ਲੜਨੇ ਉਹ ਇਸ ਇਹਦੇ ਨਾਲ ਵੜਨੇ ਨੇ, ਠੀਕ ਹੈ। ਸੋ ਆਪਾਂ ਨੇ ਇਸੇ ਤਰੀਕੇ ਨਾਲ ਸਾਰੇ ਨੂੰ ਕਵਰ ਕਰਦੇ ਨੂੰ ਜਾਣਾ। ਸੋ ਜਿਹੜੀ ਤੁਹਾਡੀ ਆਹ ਵਾਲੀ ਲੈਂਥ ਆ ਇਹ ਬਹੁਤੀ ਚੌੜੀ ਵੀ ਨਹੀਂ ਹੋਣੀ ਚਾਹੀਦੀ ਅਤੇ ਬਹੁਤੀ ਪਤਲੀ ਵੀ ਨਹੀਂ ਹੋਣੀ ਚਾਹੀਦੀ ਹੈਗੀ, ਠੀਕ ਹੈ। ਨਾ ਤਾਂ ਐਂ ਹੋਣੀ ਚਾਹੀਦੀ ਹੈ ਇਹ ਵੀ ਬਹੁਤੀ ਆਪਾਂ ਇਕੱਠੀ ਕਰ ਲਈਏ ਛੋਟੀ ਜੀ, ਨਾ ਆਪਣੀ ਬਹੁਤੀ ਉਹ ਚੌੜੀ ਹੋਣੀ ਚਾਹੀਦੀ ਹੈ ਇਸ ਤਰੀਕੇ ਨਾਲ ਐਂ, ਠੀਕ ਹੈ ਜੀ। ਇਹਨੂੰ ਆਪਾਂ ਨੇ ਮੀਡੀਅਮ ਦੇ ਹਿਸਾਬ ਦੇ ਵਿੱਚ ਰੱਖਣਾ ਹੈ ਤਾਂ ਜੋ ਆਪਣੇ ਪੂਣੀ ਖੁੱਲ੍ਹੇ ਨਾ। ਆਖਰੀ ਪੱਲਾ ਹੈ ਜਿਹੜਾ, ਉੱਥੇ ਜਾ ਕੇ ਆਪਾਂ ਨੇ ਇਹਨੂੰ ਗੱਠ ਮਾਰ ਲੈਣੀ ਹੈ। ਇੱਕ ਗੱਠ ਮਾਰਨ ਦਾ ਤਾਂ ਹੈ ਆਪਾਂ ਨੇ ਕਿਉਂਕਿ ਵੀ ਜਿਹੜੀ ਆਖਰੀ ਲੜ ਆ ਆਪਣਾ ਉਸ ਦੀ ਪੂਣੀ ਖੁੱਲ੍ਹ ਨਾ ਸਕੇ ਆਪਣਾ ਆਖ। ਸਭ ਤੋਂ ਪਹਿਲਾਂ ਧਿਆਨ ਦੇਣਾ ਆਪਾਂ ਨੇ ਜਿਹੜੇ ਆਪਣੇ ਦੋ ਪੱਲੇ ਨੇ, ਠੀਕ ਹੈ ਜੀ। ਜ਼ਿਆਦਾਤਰ ਗਲਤੀ ਕੀ ਕਰਦੇ ਹਾਂ ਆਪਾਂ, ਜਿਹੜਾ ਆਹ ਵਾਲੇ ਪੱਲੇ ਆ ਦੋਹੇ ਇਹ ਆਪਾਂ ਐਂ ਕਰ ਲੈਂਦੇ ਹਾਂ ਸਫਾਈ ਲਈ, ਵੀ ਹਾਂ ਆਪਣੀ ਸਫਾਈ ਜ਼ਿਆਦਾ ਆਊਗੀ ਆਪਾਂ ਮੋਟਾ ਪਾਸਾ ਵਿੱਚ ਕਰ ਲੈਂਦੇ ਨਾ। ਇਸ ਲਈ ਆਪਾਂ ਨੇ ਧਿਆਨ ਦੇਣਾ ਵੀ ਜਿਹੜਾ ਅੱਖ ਵਾਲੀ ਸਾਈਡ ਆ, ਆਹ ਵਾਲੀ ਸਾਈਡ, ਇੱਧਰਲੀ ਸਾਈਡ ਆਪਾਂ ਨੇ ਆਹ ਦੋ ਪੱਲੇ ਰੱਖਣੇ ਆ, ਠੀਕ ਹੈ ਜੀ। ਹਾਂਜੀ, ਸੋ ਆਹ ਦੇਖੋ ਇੱਥੋਂ ਆਪਾਂ ਨੇ ਲੜ ਰੱਖਿਆ ਮੂੰਹ ਦੇ ਵਿੱਚ, ਮੂੰਹ 'ਚ ਲੜ ਰੱਖਿਆ ਆਪਾਂ ਨੇ। ਸੋ ਆਪਾਂ ਨੇ ਉੱਪਰੋਂ ਦੀ ਲਿਆਂਦਾ ਸਿਰ ਦੇ ਸੈਂਟਰ 'ਚ ਨੂੰ, ਸੈਂਟਰ 'ਚ ਨੂੰ ਲਿਆਂਦਾ ਲੜ, ਸੈਂਟਰ 'ਚ ਨੂੰ ਲਿਆ ਕੇ ਇਹਨਾਂ ਦੋਹਾਂ ਪੱਲਿਆਂ ਨੂੰ ਆਪਾਂ ਨੇ ਇਕੱਠੇ ਕਰ ਲੈਣਾ ਹੈ। ਇਕੱਠੇ ਕਰਕੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਨੇ ਇੱਕ ਪੱਲਾ, ਦੂਜਾ ਪੱਲਾ ਅਤੇ ਤੀਜਾ ਪੱਲਾ, ਤਿੰਨ ਤੋਂ ਚਾਰ ਵੱਟ ਆਪਾਂ ਨੇ ਪਹਿਲੇ ਲੜ 'ਚ ਬਣਾਉਣੇ ਨੇ। ਉਹ ਆਪਾਂ ਨੇ ਇੰਨੀ ਸਫਾਈ 'ਚ ਹੋਣੇ ਚਾਹੀਦੇ ਆ ਵੀ ਆਪਣੇ ਕਲੀਅਰਲੀ ਦਿਖਣਾ। ਇਸੇ ਤਰੀਕੇ ਨਾਲ ਆਪਾਂ ਨੇ ਸਭ ਤੋਂ ਪਹਿਲਾਂ ਅੱਧਾ ਮੱਥਾ, ਅੱਧੀ ਅੱਖ, ਅੱਧੀ ਗੱਲ, ਤਿੰਨੇ ਅੱਧਾ ਅੱਧਾ ਢੱਕ ਕੇ
ਕੰਨ ਦੇ ਥੱਲੇ ਨੂੰ ਫੁੱਲ ਸਫਾਈ ਦੇ ਵਿੱਚ ਸਿਰੇ ਤੱਕ ਲੜ ਲਾ ਦੇਣਾ। ਸਿਰੇ ਤੱਕ ਲੜ ਲਾਉਣ ਤੋਂ ਬਾਅਦ ਇੱਕ ਗੱਲ ਦਾ ਧਿਆਨ ਰੱਖਣਾ, ਜਿਹੜਾ ਸਭ ਤੋਂ ਆਖਰੀ ਵੱਟ ਆ ਉਸ ਵੱਟ ਦੇ ਥੱਲੇ ਸਾਰੇ ਵੱਟ ਹੋਣੇ ਚਾਹੀਦੇ ਆ ਆਪਣੇ, ਠੀਕ ਹੈ ਜੀ। ਅਤੇ ਆਪਾਂ ਨੇ ਆਹ ਵਾਲੇ ਪੱਲੇ ਉੱਪਰ ਰੱਖੇ ਤੇ ਜਦੋਂ ਪੂਣੀ ਕੀਤੀ ਸੀ, ਇਹਨਾਂ ਨੂੰ ਆਪਾਂ ਨੇ ਥੱਲੇ ਵਾਲੀ ਸਾਈਡ ਲੈ ਕੇ ਆਉਣਾ ਹੈ, ਇੱਕ ਪੱਲਾ ਅਤੇ ਦੋ ਪੱਲਾ। ਜੇ ਆਪਾਂ ਇਹਨਾਂ ਦੋਹਾਂ ਪੱਲਿਆਂ ਨੂੰ ਇਕੱਠੇ ਰੱਖਾਂਗੇ ਤਾਂ ਆਪਣੇ ਜਿਹੜੇ ਉੱਪਰਲੇ ਲੜ ਨੇ ਉਹ ਆਟੋਮੈਟਿਕਲੀ ਕਲੀਅਰ ਆ ਜਾਣਗੇ। ਇਹਨੂੰ ਵੀ ਆਪਾਂ ਨੇ ਉਸ ਨੂੰ ਟੱਚ ਕਰਦਾ ਸਿਰ ਦੇ ਸੈਂਟਰ ਲੈ ਕੇ ਆਉਣਾ ਹੈ। ਕਈ ਵੀਰ ਕੀ ਕਰਦੇ ਨੇ, ਉਹ ਲੜ ਨੂੰ ਆਪਣੇ ਨੂੰ ਇੱਥੋਂ ਦੀ ਲੈ ਆਉਂਦੇ ਨੇ, ਆਪਣਾ ਸਿਰ ਪੱਗ ਤੋਂ ਉੱਪਰ ਜੀ ਦਿਖਣ ਲੱਗ ਜਾਂਦਾ ਹੈ। ਸੋ ਧਿਆਨ ਦੇਣਾ ਆਪਾਂ ਨੇ ਪਟਿਆਲਾ ਸ਼ਾਹੀ ਪੱਗ ਦੇ ਵਿੱਚ ਉੱਪਰੋਂ ਲੜ ਨੂੰ ਲੈ ਕੇ ਆਉਣਾ ਹੈ। ਫਿਰ ਆਪਾਂ ਨੇ ਜਦੋਂ ਐਂ ਕਰਦੇ ਸੀਗੇ, ਜੇ ਸਾਫ਼ ਲੜੀ ਪੱਗ ਬੰਨ੍ਹਦੇ ਹਾਂ ਤਾਂ ਆਪਣਾ ਇੰਨਾ ਕੁ ਪੱਲਾ ਰਹਿ ਜਾਂਦਾ ਹੈ। ਇਸ ਕਰਕੇ ਆਪਾਂ ਨੇ ਇੱਥੋਂ ਫੜਨਾ ਸਟਾਰਟ ਕਰਨਾ, ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅਤੇ ਅੱਠ। ਇਹਨੂੰ ਆਪਾਂ ਨੇ ਸੱਤ ਤੋਂ ਅੱਠ ਵਾਰ ਫੜਨਾ ਹੈ ਤਾਂ ਜੋ ਆਪਣੇ ਵੱਧ ਤੋਂ ਵੱਧ ਵੱਟ ਪੈਣ। ਇੱਕ ਜਗ੍ਹਾ 'ਤੇ ਰੱਖਣਾ ਹੈ ਇੰਨਾ ਬੈਕ ਸਾਈਡ ਤੋਂ ਤਾਂ ਜੋ ਆਪਣੀ ਜਿਹੜਾ ਫਰੰਟ ਆ ਉਹ ਫਰੰਟ ਦੇ ਵੱਟ ਆ ਜਿਹੜੇ ਉਹ ਕਲੀਅਰ ਆਉਣ। ਉਵੇਂ ਉਹ ਆਪਾਂ ਨੇ ਇੱਥੋਂ ਫੜਾਂਗੇ, ਇੱਕ ਦੋ ਤਿੰਨ ਤਿੰਨ ਚਾਰ ਪੰਜ ਛੇ ਅਤੇ ਸੱਤ ਇਸ ਤਰੀਕੇ ਨਾਲ। ਸਾਰੇ ਲੜਾਂ ਦੀ ਸਫਾਈ ਪ੍ਰੋਪਰ ਢੰਗ ਨਾਲ ਅਤੇ ਵਧੀਆ ਤਰੀਕੇ ਨਾਲ ਵੱਟ ਪਾਉਣੇ ਆਪਾਂ ਫੜੇ। ਆਹ ਲੜਾਂ ਦੀ ਸਫਾਈ ਆਪਾਂ ਨੇ ਜਿੱਥੇ ਆਪਾਂ ਨੂੰ ਲੱਗੇ ਉੱਥੋਂ ਆਪਾਂ ਨੇ ਨਾਲ ਦੀ ਨਾਲ ਕਰ ਲੈਣੀ ਹੈ। ਇੱਕ ਪੱਲਾ ਅਤੇ ਦੂਜਾ ਪੱਲਾ ਦੋਨੇ ਇਕੱਠੇ ਰੱਖ ਕੇ ਵਿੱਚ ਵਾਲਾ ਪੱਲਾ ਹੈ ਜਿਹੜਾ ਉਹਨੂੰ ਆਪਾਂ ਨੇ ਖਿੱਚ ਲੈਣਾ ਹੈ ਤਾਂ ਜੋ ਆਪਣੀ ਬਾਹਰਲੀ ਸਾਈਡ ਵੱਟ ਆ ਜਾਣ ਅਤੇ ਅੰਦਰਲੀ ਸਾਈਡ ਸਫਾਈ ਆ ਜਾਵੇ। ਇਸ ਤਰੀਕੇ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਇਹਨਾਂ ਨੂੰ ਉਸ ਹਿਸਾਬ ਨਾਲ ਆਪਾਂ ਨੇ ਇੱਕੇ ਜਗ੍ਹਾ 'ਤੇ ਰੱਖਣਾ ਤਾਂ ਜੋ ਆਪਣੇ ਪੱਗ ਦੀ ਪਹਿਲਾਂ ਨੋਕ ਬਣ ਜਾਵੇ ਤਾਂ ਜੋ ਆਪਾਂ ਉਸਨੂੰ ਪ੍ਰੈਸ ਕਰਕੇ ਆਪਣਾ ਜਿਹੜਾ ਢਿੱਡ ਬੇਸ ਆ ਦਸਤਾਰ ਦਾ ਉਹਨੂੰ ਬਾਹਰ ਨੂੰ ਕੱਢ ਸਕੀਏ। ਇੱਕ ਗੱਲ ਦਾ ਧਿਆਨ ਰੱਖਣਾ ਆਪਾਂ ਨੇ ਵੀ ਜਿਹੜੀ ਪੱਗ ਆ ਆਪਣੀ ਉਹ ਥੱਲੇ ਨਾ ਲੱਗੇ, ਆਪਣੇ ਪੈਰਾਂ ਨੂੰ ਨਾ ਲੱਗੇ। ਇਸ ਕਰਕੇ ਆਪਾਂ ਨੇ ਮੋਢੇ 'ਤੇ ਜਾਂ ਕਿਸੇ ਕੁਰਸੀ 'ਤੇ ਜਾਂ ਟੇਬਲ 'ਤੇ ਜਾਂ ਪੱਗ ਦੇ ਥੱਲੇ ਆਪਾਂ ਨੇ ਕੋਈ ਵੀ ਚੀਜ਼ ਰੱਖ ਲੈਣੀ ਹੈ ਤਾਂ ਜੋ ਆਪਣੇ ਪੱਗ ਪੈਰਾਂ ਨੂੰ ਨਾ ਲੱਗੇ, ਠੀਕ ਹੈ ਜੀ। ਇਸੇ ਤਰੀਕੇ ਨਾਲ ਆਪਾਂ ਨੇ ਸਾਰੇ ਲੜ ਉਵੇਂ ਲਾਉਂਦਿਆਂ ਨੇ ਜਾਣਾ, ਵਿਚਲਾ ਪੱਲਾ ਖਿੱਚ ਕੇ ਦੋਹੇ ਪੱਲੇ ਇਕੱਠੇ ਰੱਖ ਕੇ। ਇੱਧਰ ਲੜਾਂ ਦੀ ਥੋੜ੍ਹੀ ਸਫਾਈ ਆਟੋਮੈਟਿਕਲੀ ਆਈ ਜਾਊਗੀ। ਉਸੇ ਤਰੀਕੇ ਨਾਲ ਸਾਰੇ ਵੱਟ ਫਿਰ ਫੜ ਦੇਣ, ਦੋ ਤਿੰਨ ਚਾਰ ਪੰਜ ਛੇ ਸੱਤ ਅਤੇ ਅੱਠ। ਇਸੇ ਤਰੀਕੇ ਦੋ ਤਿੰਨ ਚਾਰ ਸਾਰੇ ਉਸੇ ਹਿਸਾਬ ਨਾਲ
ਇਹਨੂੰ ਰੋਲ ਕਰਦੇ ਨੂੰ ਲੈ ਕੇ ਜਾਣਾ ਆਪਣੇ ਇਸ ਤਰੀਕੇ ਨਾਲ, ਤਾਂ ਜੋ ਆਪਣੇ ਪੱਗ ਦੀ ਸ਼ੇਪ ਵਧੀਆ ਆ ਸਕੇ। ਸੋ ਜਿਹੜਾ ਆਪਣਾ ਆਖਰੀ ਲੜਾ, ਕਈਆਂ ਦੇ ਛੇ ਜੇ ਛੇ ਲੜੀ ਪੱਗ ਬੰਨਦੇ ਆ ਜਾਂ ਛੇਵਾਂ ਲੜ, ਜਿਹੜੇ ਪੰਜ ਲੜੀ ਪੱਗ ਬੰਨਦੇ ਨੇ ਉਹ ਪੰਜਵਾਂ ਲੜ, ਠੀਕ ਹੈ ਜੀ। ਉੱਥੇ ਤੱਕ ਉਹਦੇ ਵਿੱਚ ਆਪਾਂ ਨੇ ਜਿਹੜਾ ਬਾਹਰਲਾ ਪੱਲਾ ਹੈ ਉਹ ਬਾਹਰ ਕੱਢਣਾ ਹੈ। ਇਹਨੂੰ ਤੁਸੀਂ ਦੋ ਤਰੀਕੇ ਨਾਲ ਲਾ ਸਕਦੇ, ਇੱਕ ਤਾਂ ਆਪਣਾ ਜਿਹੜਾ ਹੁੰਦਾ ਸਫਾਈ ਕਰਕੇ, ਪੂਰਾ ਪ੍ਰੋਪਰਲੀ ਸਫਾਈ ਕਰਕੇ ਲੜ ਲਾ ਸਕਦੇ ਹੋ, ਇੱਕ ਤੁਸੀਂ ਐਨ ਪ੍ਰੋਪਰ ਢੰਗ ਦੇ ਵਿੱਚ, ਇੱਕ ਤੁਸੀਂ ਲੜ ਇਹਨੂੰ ਇਹਦੇ ਵਿੱਚ ਵੀ ਵੱਟ ਪਾ ਕੇ ਲਾ ਸਕਦੇ ਹੋ। ਇਸ ਤਰੀਕੇ ਫਿਰ ਆਪਾਂ ਨੇ ਜਿਹੜੀ ਨੋਕ ਬਣਾਈ ਸੀ ਉਹ ਇਸ ਕਰਕੇ ਬਣਾਈ ਸੀ ਤਾਂ ਜੋ ਆਪਾਂ ਨੂੰ ਉਹਨੂੰ ਵਿੱਚ ਨੂੰ ਕਰਕੇ ਪ੍ਰੈਸ ਕਰਕੇ ਇੱਧਰਲਾ ਬੇਸ ਬਾਹਰ ਕੱਢ ਸਕੀ। ਇਸ ਤਰੀਕੇ ਨਾਲ ਆਪਾਂ ਨੇ ਜਿੱਥੇ ਆਪਾਂ ਨੂੰ ਵੱਟ ਨਾ ਲੱਗੇ ਉਹਦੇ ਨਾ ਸੈਂਟਰ ਦੇ ਵਿੱਚ ਆਪਾਂ ਨੇ ਇਸ ਤਰੀਕੇ ਨਾਲ ਆਵਾਜ਼ ਮਾਰ ਦੇਣਾ ਤਾਂ ਜੋ ਉਸ ਤਰੀਕ ਉਸ ਜਗ੍ਹਾ 'ਤੇ ਵੱਟ ਵਧੇ ਜਾਣ। ਇਸ ਤਰੀਕੇ ਨਾਲ ਕਈ ਵੀਰਾਂ ਦੀ ਆਹ ਚੀਜ਼ ਹੈ ਜਿਹੜੀ ਉਹ ਵਿੱਚ ਨੂੰ ਗਿਰ ਜਾਂਦੀ ਹੈ ਇਸ ਤਰੀਕੇ ਨਾਲ। ਸੋ ਇਸ ਨੂੰ ਹਾਰਡ ਕਰਨ ਲਈ ਆਪਾਂ ਨੇ ਇੱਥੇ ਤੱਕੇ ਬਾਜ਼ ਫੇਰਨਾ ਇਹਨੂੰ ਆਏ ਇਸ ਤਰੀਕੇ ਨਾਲ। ਫਿਫਟੀ ਹੈ ਜੋ ਪੱਗ ਦੇ ਮੁਤਾਬਿਕ, ਜੋ ਬਾਹਰ ਬਹੁਤੀ ਨਾ ਦਿਖੇ ਇਸ ਲਈ ਮੀਡੀਅਮ ਫਿਫਟੀ ਆਪਾਂ ਨੇ ਬਾਹਰ ਕੱਢਣੀ ਹੈ, ਜੋ ਪੱਗ ਦੀ ਨਿਖਾਰਤਾ ਲੈ ਕੇ ਆਵੇ ਹੋਰ ਵੀ ਇਸ ਤਰੀਕੇ ਨਾਲ। ਇਹ ਲੜ ਲਾਉਣ ਤੋਂ ਪਹਿਲਾਂ ਆਪਾਂ ਨੇ ਸਿਰ ਢੱਕਣਾ ਹੈ ਇਸ ਤਰੀਕੇ ਨਾਲ। ਇਹ ਲੜ ਨੂੰ ਆਪਾਂ ਨੇ ਇਸ ਤਰੀਕੇ ਨਾਲ ਇੱਧਰ ਨੂੰ ਪੁਸ਼ ਕਰਨਾ ਹੈ, ਨਾ ਕਿ ਇੱਧਰ ਨੂੰ। ਜੇ ਆਪਾਂ ਇੱਧਰ ਨੂੰ ਕਰਾਂਗੇ ਤਾਂ ਜਿਹੜੀ ਆਪਣੀ ਨੋਕ ਆ ਉਹ ਨੋਕ ਖਰਾਬ ਹੋ ਜਾਏਗੀ ਆਪਣੀ। ਦਸਤਾਰਾਂ ਦੀ ਆਰੰਭਤਾ ਹੈ ਉਹ ਆਪਣੀ ਪਟਿਆਲਾ ਸ਼ਾਹੀ ਜਿਹੜੀ ਸਿੰਪਲ ਦਸਤਾਰ ਹੁੰਦੀ ਆ ਉਸ ਤੋਂ ਕਰ ਸਕਦੇ ਹੋ, ਤਾਂ ਜੋ ਤੁਸੀਂ ਪਹਿਲਾਂ ਪੱਗ ਨੂੰ ਫੜਨਾ ਸਿੱਖ ਸਕੋ, ਉਸ ਨੂੰ ਚੰਗੀ ਤਰ੍ਹਾਂ ਸਾਂਭਣਾ ਸਿੱਖ ਸਕੋ। ਆਪਾਂ ਲਾਵਾਂਗੇ ਆਖਰੀ ਲੜ, ਜਿਸ ਨੂੰ ਆਪਾਂ ਕਲਗੀ ਲੜ ਵੀ ਕਹਿ ਦਿੰਦੇ ਹਾਂ। ਸੋ ਸਭ ਤੋਂ ਪਹਿਲਾਂ ਆਪਾਂ ਨੇ ਕਲਗੀ ਲੜ ਨੂੰ ਪੂਰਾ ਖੋਲ੍ਹਣਾ ਹੈ, ਖੋਲ੍ਹਣ ਤੋਂ ਬਾਅਦ ਇਹਨੂੰ ਅੱਧ ਤੱਕ ਲੈ ਆਉਣਾ ਹੈ, ਅੱਧ ਤੱਕ ਲਿਆ ਕੇ ਇਹਨੂੰ ਵੀ ਉੱਪਰ ਨੂੰ ਅੱਧ ਤੱਕ ਲੈ ਜਾਣਾ। ਬਾਕੀ ਜਿਹੜਾ ਕੱਪੜਾ ਹੈ ਉਹ ਆਪਣੇ ਸੈਂਟਰ 'ਚ ਰੱਖ ਲੈਣਾ, ਸੈਂਟਰ 'ਚ ਰੱਖ ਕੇ ਪੂਰੀ ਸਫਾਈ ਦੇ ਨਾਲ ਇਸ ਤਰੀਕੇ ਨਾਲ। ਇਹਨੂੰ ਤੁਸੀਂ ਇਸ ਤਰੀਕੇ ਨਾਲ ਸਿੱਧਾ ਵੀ ਲਾ ਸਕਦੇ ਹੋ ਲੜ ਨੂੰ, ਠੀਕ ਹੈ ਜੀ। ਫਿਫਟੀ ਦਿਖਾ ਕੇ ਇੱਕ ਲੜ, ਇਹ ਆਪਾਂ ਜਿਹੜਾ ਸੌਖਾ ਤਰੀਕਾ ਹੈ ਬਿਲਕੁਲ, ਇਹ ਅੱਜ ਕੱਲ੍ਹ ਜਨਰੇਸ਼ਨ ਲਾਉਂਦੀ ਹੈ ਜ਼ਿਆਦਾਤਰ, ਉਹ ਇਹੀ ਆ ਵੀ ਆਪਾਂ ਸਿੱਧਾ ਲੜ ਵੀ ਲਾ ਸਕਦੇ ਹਾਂ, ਇਸ ਨੂੰ ਆਪਾਂ ਕਲਗੀ ਦੀ ਤਰ੍ਹਾਂ ਘੁਮਾ ਕੇ ਵੀ ਲੜ ਲਾ ਸਕਦੇ ਹਾਂ ਇਸ ਤਰੀਕੇ ਨਾਲ। ਇਹ ਲੜ ਜਿਹੜਾ ਆਪਾਂ ਨੇ ਇਸ ਤਰੀਕੇ ਨਾਲ
ਇੱਧਰੋਂ ਦੀ ਫੜ ਕੇ ਪੂਰਾ ਹੱਥ ਇੱਧਰ ਲੈ ਜਾਣਾ ਹੈ। ਇਹਨੂੰ ਆਪਾਂ ਨੇ ਸੈਂਟਰ 'ਚ ਰੱਖ ਕੇ ਪੂਰਾ ਘੁਮਾ ਲੈਣਾ ਹੈ ਇਸ ਤਰੀਕੇ ਨਾਲ। ਸੋ ਉੱਪਰੋਂ ਆਪਾਂ ਨੇ ਇਹਨੂੰ ਖੋਲ੍ਹ ਕੇ ਇਸ ਤਰੀਕੇ ਨਾਲ ਟਾਈਟ ਕਰਕੇ ਲਾ ਲੈਣਾ ਹੈ ਇੱਥੇ ਦੱਬ ਕੇ, ਤਾਂ ਜੋ ਜਿਹੜਾ ਲਾੜਾ ਉਹ ਚੰਗੀ ਤਰ੍ਹਾਂ ਹੋ ਸਕੇ, ਟਿਕਿਆ ਰਹੇ ਇੱਕ ਜਗ੍ਹਾ 'ਤੇ। ਇਹਨੂੰ ਇੱਕ ਧਿਆਨ ਰੱਖਣਾ ਆਪਾਂ ਨੇ ਇਹਨੂੰ ਪੱਗ ਦੇ ਸੈਂਟਰ 'ਚ ਆਵੇ ਲਾੜਾ, ਇਸ ਤਰੀਕੇ ਨਾਲ ਐਂਡ 'ਚ ਆਪਾਂ ਨੇ ਲਾਉਣੀ ਹੈ ਲੁੱਪੀ। ਲੁੱਪੀ ਨੂੰ ਕਿਸ ਤਰੀਕੇ ਨਾਲ ਲਾਉਣਾ ਹੈ, ਆਹ ਵਾਲਾ ਪੱਲਾ ਪਹਿਲਾਂ ਪੂਰਾ ਖੋਲ੍ਹਣਾ ਹੈ, ਖਿੱਚ ਕੇ ਇਹਨੂੰ ਖੋਲ੍ਹ ਕੇ ਉਹ ਤੋਂ ਬਾਅਦ ਅੱਧਾ ਪੱਲਾ ਇੱਧਰੋਂ ਵਿੱਚ ਕਰ ਲੈਣਾ ਹੈ, ਅੱਧਾ ਪੱਲਾ ਇੱਧਰੋਂ ਵਿੱਚ ਕਰ ਲੈਣਾ ਹੈ, ਫਿਰ ਉਹਨੂੰ ਸੈਂਟਰ ਦੇ ਵਿੱਚ ਇਸ ਤਰੀਕੇ ਨਾਲ ਲਾ ਲੈਣਾ ਹੈ। ਹਾਂਜੀ, ਪੱਗ ਜਿਹੜੀ ਆਪਾਂ ਕੱਪੜਾ ਵਰਤਣਾ ਹੈ ਉਹ ਤੁਸੀਂ ਫੁੱਲ ਵੈਲ ਵੀ ਵਰਤ ਸਕਦੇ ਹੋ ਅਤੇ ਰੂਬੀਆ ਵੀ ਵਰਤ ਸਕਦੇ ਹੋ। ਜਿਨ੍ਹਾਂ ਨੇ ਆਪਣੀ ਪੱਗ ਨੂੰ ਫਲਾਵਟ 'ਤੇ ਲੈ ਕੇ ਆਉਣਾ ਹੈ ਉਹ ਰੂਬੀਆ ਦਾ ਕੱਪੜਾ ਵਰਤ ਸਕਦੇ ਹੋ, ਅਤੇ ਜਿਨ੍ਹਾਂ ਨੇ ਆਪਣੀ ਪੱਗ ਨੂੰ ਛੋਟਾ ਰੱਖਣਾ ਹੈ ਉਹ ਫੁੱਲ ਵੈਲ ਦਾ ਕੱਪੜਾ ਵਰਤ ਸਕਦੇ ਹੋ। ਅਤੇ ਜਿਹੜੀ ਜ਼ਿਆਦਾਤਰ ਆਪਾਂ ਪੱਗ ਦੀ ਆਰੰਭਤਾ ਕਰਨੀ ਆ, ਕੋਈ ਵੀ ਪੱਗ ਬੰਨਣੀ ਸਟਾਰਟ ਕਰਨੀ ਆ ਕਿਸੇ ਵੀ ਵੀਰ ਨੇ, ਜੇ ਪਹਿਲੀ ਵਾਰ ਪੱਗ ਬੰਨਣੀ ਸਟਾਰਟ ਕਰਨੀ ਆ ਤਾਂ ਉਹ ਵਾਲਾ ਵੀਰ ਸਿੰਪਲ ਪਟਿਆਲਾ ਸ਼ਾਹੀ ਦਸਤਾਰ ਹੈ ਜਿਹੜੀ ਉਹ ਸਜਾਣੀ ਸਟਾਰਟ ਕਰੇ ਸਭ ਤੋਂ ਪਹਿਲਾਂ। ਫਿਰ ਉਸ ਤੋਂ ਬਾਅਦ ਜਿਵੇਂ ਉਹਨਾਂ ਨੇ ਜੇ ਵੱਟ ਪਾਉਣੇ ਸਿੱਖਣੇ ਆ, ਜੇ ਆਪਣੇ ਪੱਗ ਬੰਨਣੀ ਆਊਗੀ ਹੱਥ 'ਚ ਫੜਨੀ ਆਊਗੀ ਚੰਗੀ ਤਰ੍ਹਾਂ ਆਪਾਂ ਪੱਗ ਨੂੰ ਘੁਮਾ ਸਕਾਂਗੇ, ਤਾਂ ਹੀ ਆਪਾਂ ਕੋਈ ਵੀ ਦਸਤਾਰ ਸਜਾਵਾਂਗੇ, ਨਹੀਂ ਤਾਂ ਫਿਰ ਆਪਣੇ ਉਹਦੀ ਸਫਾਈ ਨਹੀਂ ਆਉਂਦੀ ਹੈਗੀ ਉਸ ਤਰੀਕੇ ਨਾਲ। ਸੋ ਪੂਣੀ ਹੈ ਜਿਹੜੀ, ਪੂਣੀ ਵੀ ਬਹੁਤ ਮੈਟਰ ਰੱਖਦੀ ਆ ਵੀ ਆਪਣੀ ਜਿਹੜੀ ਪੂਣੀ ਆ ਉਹ ਵਧੀਆ ਹੋਵੇ ਅਤੇ ਪੂਰੀ ਸਫਾਈ ਦੇ ਵਿੱਚ ਹੋਵੇ।